ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਆਪਣਾ ਆਪਣਾ ਮਨ ਜੋੜੋ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਨਾਲ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਦੇ ਨਾਲ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਨਾਲ। ਦੁਨੀਆਂ ਵਿੱਚ, ਦੁਨੀਆਂ ਦੇ ਮੇਲੇ ਵਿੱਚ ਆ ਕੇ ਮਨ ਨੇ ਆਪਣੇ ਆਪ ਨੂੰ ਖਿਲਾਰੇ ਵਿੱਚ ਪਾ ਲਿਆ ਹੈ। ਜਿਵੇਂ 40 ਕਿਲੋ ਮਨ ਹੁੰਦਾ ਹੈ, 10 ਕਿਲੋ, 20 ਕਿਲੋ, 10 ਕਿਲੋ, 20 ਕਿਲੋ, 2.5 ਕਿਲੋ, 5 ਕਿਲੋ, 100 ਗ੍ਰਾਮ, 50-50 ਗ੍ਰਾਮ, ਮਿਲੀਗ੍ਰਾਮ, ਇੰਨਾ ਖਿਲਾਰਾ ਪੈ ਗਿਆ ਹੈ। ਹੁਣ ਲੱਗਦਾ ਨਹੀਂ ਕਿ ਅੰਤ ਸਮੇਂ ਤੱਕ ਇਹ ਮਨ ਇਕੱਠਾ ਹੋ ਜਾਵੇ। ਜਿਵੇਂ ਪੈਸੇ ਟੁੱਟ ਜਾਂਦੇ ਹਨ, ਖਿਲਰ ਜਾਂਦੇ ਹਨ। ਸਿਆਣੇ ਲੋਕ ਬੱਝੇ ਪੈਸਿਆਂ ਨੂੰ ਬਚਾ ਬਚਾ ਕੇ ਰੱਖਦੇ ਹਨ, ਜੇ ਟੁੱਟ ਗਏ ਇਹ ਸਾਰੇ ਖਰਚੇ ਜਾਣਗੇ। ਮਨ ਵੀ ਖਿਲਰ ਗਿਆ ਹੈ ਦੁਨੀਆਂ ਦੇ ਵਿੱਚ ਆ ਕੇ, ਹੁਣ ਇਹਨੂੰ ਇਕੱਠਾ ਕਰਨਾ ਬੜਾ ਔਖਾ ਹੈ, ਬੜਾ ਔਖਾ ਹੈ, ਬੜਾ ਔਖਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਗੁਰਬਾਣੀ ਵਿੱਚ ਮਨ ਨੂੰ ਹੀ ਸਮਝਾਇਆ ਹੈ। ਮਨ ਨੂੰ ਸਮਝਾਉਣ ਵਾਸਤੇ ਸਾਰੇ ਗਿਆਨ ਦਿੱਤੇ ਹਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਗੁਰਬਾਣੀ ਦੇ ਵਿੱਚ। ਮਨ ਸਮਝਾਵਨ ਕਾਰਨੇ ਕਛੂਕ ਪੜੀਐ ਗਿਆਨ। ਜਿੰਨੇ ਵੀ ਗਿਆਨ ਪੜ੍ਹੀ ਦੇ ਹਨ ਮਨ ਨੂੰ ਸਮਝਾਉਣ ਵਾਸਤੇ, ਮਨ ਬੱਚਿਆਂ ਵਰਗਾ ਹੈ, ਚੰਚਲ ਹੈ। ਮਨ ਇਸ ਰਸਨਾ ਦੇ ਨਾਲ ਦੁਨੀਆਂ ਨੂੰ ਉਹ ਗੱਲਾਂ ਕਹਿ ਬੈਂਦਾ ਹੈ, ਸਾਰੀ ਰਾਤ ਤੜਫਦਾ ਰਹਿੰਦਾ ਹੈ, ਮੈਂ ਕੀ ਕਹਿ ਬੈਠਾ ਹਾਂ। ਮਨ ਚੰਚਲ ਬਹੁਤ ਚੋਟਾਂ ਖਾਵੇ, ਬੜੀਆਂ ਚੋਟਾਂ ਖਾਂਦਾ ਹੈ ਆਪਣੇ ਬੋਲ ਬੋਲ ਕੇ। ਆਪਣੇ ਬੋਲਾਂ ਦੀਆਂ ਸੱਟਾਂ ਹੀ ਆਪ ਨੂੰ ਪੈਣ ਲੱਗ ਪੈਂਦੀਆਂ ਹਨ। ਮਨ ਚੰਚਲ ਬਣਿਆ ਹੋਇਆ ਹੈ। ਸਤਿਗੁਰਾਂ ਨੇ ਫਰਮਾਇਆ ਹੈ, ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ। ਚਤੁਰਾਈਆਂ ਨਾਲ ਵਾਹਿਗੁਰੂ ਨਹੀਂ ਮਿਲਦੇ, ਹੰਬਲ ਹੋਣਾ ਪੈਂਦਾ ਹੈ, ਨਿਮਰਤਾ ਵਿੱਚ ਆਉਣਾ ਪੈਂਦਾ ਹੈ। ਸੰਗਤ ਉਹ ਕਰਨੀ ਪੈਂਦੀ ਹੈ ਜਿਹਦੇ ਨਾਲ ਮਨ ਨੂੰ ਗੁਰੂ ਦਾ ਰੰਗ ਚੜ੍ਹ ਜਾਵੇ, ਅਕਾਲ ਪੁਰਖ ਜੀ ਦੇ ਨਾਮ ਦਾ ਰੰਗ ਚੜ੍ਹ ਜਾਵੇ। ਕਬਿਤ ਲਿਆ ਹੈ ਭਾਈ ਸਾਹਿਬ ਜੀ, ਭਾਈ ਗੁਰਦਾਸ ਜੀ ਦਾ, ਜੈਸੇ ਰੰਗ ਸੰਗ ਮਿਲਤ ਸਲਲ ਮਿਲ, ਜੈਸੇ ਰੰਗ ਸੰਗ ਮਿਲਤ ਸਲਲ ਮਿਲ, ਵਾਹਿਗੁਰੂ 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 ਵਾਹਿਗੁਰੂ, ਵਾਹਿਗੁਰੂ 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 ਵਾਹਿਗੁਰੂ। ਸਲਲ ਪਾਣੀ ਨੂੰ ਕਹਿੰਦੇ ਹਨ, ਜਲ ਨੂੰ ਕਹਿੰਦੇ ਹਨ। ਜੈਸੇ ਰੰਗ ਸੰਗ ਮਿਲਤ ਸਲਲ ਮਿਲ, ਪਾਣੀ ਦੇ ਵਿੱਚ ਜਿਹੜਾ ਰੰਗ ਪਾ ਦਿਓ ਪਾਣੀ ਨੂੰ, ਤਦੋਂ ਤੱਕੋ ਉਹੀ ਉਹ ਰੰਗ ਪਾਣੀ ਦਾ ਨਜ਼ਰ ਆਉਣ ਲੱਗ ਪੈਂਦਾ ਹੈ। ਲਾਲ ਰੰਗ ਪਾ ਦਿਓ ਪਾਣੀ ਲਾਲ ਹੋ ਜਾਂਦਾ ਹੈ, ਨੀਲਾ ਪਾ ਦਿਓ ਪਾਣੀ ਨੀਲਾ ਹੋ ਜਾਂਦਾ ਹੈ, ਕਾਲਕ ਭਰ ਕੇ ਪਾ ਦਿਓ ਪਾਣੀ ਕਾਲਾ ਹੋ ਜਾਂਦਾ ਹੈ। ਕਿਉਂਕਿ ਸੰਗਤ ਕਰ ਲਈ, ਜਿਸ ਰੰਗ ਦੀ ਸੰਗਤ ਕੀਤੀ ਉਹੀ ਉਹ ਰੰਗ ਪਾਣੀ ਨੂੰ ਚੜ੍ਹ ਗਿਆ। ਬੰਦੇ ਦਾ ਮਨ ਵੀ ਪਾਣੀ ਵਰਗਾ ਹੈ, ਜਿੱਦਾਂ ਦੀ ਸੰਗਤ ਕਰਦਾ ਹੈ ਉਹ ਰੰਗ ਇਸ ਨੂੰ ਚੜ੍ਹ ਜਾਂਦਾ ਹੈ। ਜੇ ਜੁਆਰੀ ਦੀ ਸੰਗਤ ਕਰਦਾ ਹੈ ਜੂਏ ਦਾ ਰੰਗ ਚੜ੍ਹ ਜਾਂਦਾ ਹੈ, ਕਿਸੇ ਮਦ ਵਾਲੇ ਦੀ ਸੰਗਤ ਕਰਦਾ ਹੈ ਇਹਨੂੰ ਮਦ ਦਾ ਰੰਗ ਚੜ੍ਹ ਜਾਂਦਾ ਹੈ, ਮਦ ਨਸ਼ੇ ਨੂੰ ਕਹਿੰਦੇ ਹਨ। ਫਿਰ ਗੁਰੂ ਦੇ ਬੋਲ ਵੀ ਹਿਰਦੇ ਵਿੱਚ ਨਹੀਂ ਵਸਦੇ, ਬੋਲ ਨਾ ਜਾਣੇ ਮਾਇਆ ਮਦ ਮਾਤਾ। ਮਾਇਆ ਦਾ ਰੰਗ ਚੜ੍ਹ ਜਾਵੇ ਤਾਂ ਵੀ ਇਹ ਗੁਰੂ ਦੇ ਬੋਲਾਂ ਨੂੰ ਨਹੀਂ ਸੁਣਦਾ, ਨਹੀਂ ਸੁਣਦਾ, ਨਹੀਂ ਸੁਣਦਾ।
जैसे रंग मिलत सल, जैसे रंग संग मिलत सलल मिल। वाहे गुरु वाहे गुरु वाहे गुरु वाहे गुरु जपो, वाहे गुरु वाहे गुरु वाहे गुरु वाहे गुरु, वाहे गुरु वाहे गुरु वाहे गुरु। जैसे रंग संग मिलत सलल मिल, जिवें जिवें जिहड़ा जिहड़ा रंग पानी दी संगत कर लैंदा है, पानी नूं ओही ओ रंग चढ़ जांदा है। जिहड़ा जिहड़ा मन जिस तरह दी संगत करदा है, तक के वेख लवो पूरी दुनिया दे विच जिन्ने जी हन ओही ओ रंग उहनां नूं चढ़िया होया है। जैसे रंग संग मिलत सलल मिल, याद रखना प्यारे, ओ सलल पानी नूं कहंदे हन, जल नूं कहंदे हन। होए तैसो तैसो रंग जगत मैं जानी है, होए तैसो तैसो रंग जगत मैं जानी है। जैसे रंग संग मिलत सलल मिल, होए तैसो तैसो रंग जगत मैं जानी है, तैसो तैसो रंग जगत मैं जानी है। जगत दे जीयां दा आ जड़े बंदे हन, बंदियां हन, जिन्हां नाल दुनिया भरी पई है मिट्टी दे पुतलियां नाल। ए जगत मिट्टी का पुतला, किसी नू भी मिल लवो, किसी नू कोई ना कोई रंग चढ़िया होया है। जिन्हां नू नाम दा रंग चढ़िया होया है, ओ पागां वाले हन, कर्मां वाले हन। जिस तरह दी संगत है जगत दे जीवां दा, ओही ओ जिहा रंग है मन नू चढ़िया होया। जिन्ना मर्जी समझा लवो जिहड़ा रंग उहनां नूं चढ़िया होया है, ओही रंग नजर आउंदा है। गुरु दे प्यारियां पासों गुरु दा रंग नजर आउंदा है, गुरबाणी दा रंग नजर आउंदा है, अकाल पुरख वाहिगुरु जी दे परमेश्वर जी दे नाम दा रंग नजर आउंदा है। मन पाणी रूप है, चंदन सुगंध मिल पावन सुगंध संग। वाहे गुरु वाहे गुरु वाहे गुरु, वाहे गुरु वाहे गुरु वाहे गुरु वाहे गुरु, वाहे गुरु वाहे गुरु वाहे गुरु वाहे गुरु। चंदन सुगंध मिल पावन सुगंध संग, चंदन दे कोलों भी सुगंधी आउंदी है। चंदन ठंडा हुंदा है, जहर भरे सप भी चंदन नूं ही लपेटा मार के शांत रहिंदे हन। ਇਹ ਸੰਗਤ ਦਾ ਪ੍ਰਸੰਗ ਕਬਿਤ ਵਿੱਚ ਭਾਈ ਸਾਹਿਬ ਜੀ ਦੱਸ ਰਹੇ ਹਨ। ਨਾਮ ਦੀ ਸੁਗੰਧੀ ਬੜੀ ਅਨਮੋਲ ਹੈ, ਚੰਦਨ ਚੰਦਨ ਸਰਦ ਰੁੱਤ ਮੂਲ ਨ ਮਿਟਈ ਕਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਜਿਹੜਾ ਆਖਦਾ ਹੈ ਸਤਨਾਮ ਸ੍ਰੀ ਵਾਹਿਗੁਰੂ, ਉਹਦੀ ਰੀਸ ਨਹੀਂ। ਜਿਹੜਾ ਪਰਮੇਸ਼ਰ ਦਾ ਨਾਮ, ਭਗਵਾਨ ਦਾ ਨਾਮ, ਵਾਹਿਗੁਰੂ ਦਾ ਨਾਮ, ਹਰ ਜਸ ਗਾਵਹੁ ਭਗਵਾਨ ਜਿਸ ਗਾਵਤ ਪਾਪ ਲਹਾਨ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੰਦਨ ਸੁਗੰਧ ਮਿਲ ਪਾਵਨ ਸੁਗੰਧ ਸੰਗ, ਚੰਦਨ ਸੁਗੰਧ ਮਿਲ ਪਾਵਨ ਸੁਗੰਧ ਸੰਗ।
चंदन दी वासना जिथे चंदन दे बूटे हन, जदो पवन प्राप्त करती है, हवा प्राप्त करती है चंदन दी सुगंधी नू, हवा नू भी चंदन दी सुगंध मिल जांदी है, हवा भी वंडन लग पैंदी है। बंदिया तू भी नाम जपिया कर, वाहिगुरु दा नाम वंडिया कर, आखिया कर भाई आओ चलिए गुरुद्वारा साहब, आओ साध संगत करिए, आओ नाम जपिए। जिवें हवा वंडदी है चंदन दी सुगंध नू, वासना नू, पवन उथों नंगे चंदन दे कोलों, जदो चंदन दे कोलों नंगदी है पवन भी सुगंध वाली हो जांदी है। प्यारे ओ साडा शरीर दुर्गंध दा मड़ा है, इनू कहंदे ने गुरबाणी विच मृतक मड़ा शरीर है। अतर फलेल कई कुछ सेंट वगैरा इस नूं लाई दे हन, पर यह दुर्गंध दा मड़ा है। जदों अंत वेला आउंदा है नासका दे विच रूह दे देंदे हन, कन्ना विच रूह दे देंदे हन, क्योंकि मृतक मड़े विचों दुर्गंध आउंदी है, बदबू आउंदी है। धन गुरु नानक साहब कलगियां वाले बाजां वाले अकाल पुरख वाहिगुरु जी गुरु ग्रंथ साहिब महाराज जी चंदन वत हन। जो भी गुरु घर विच आ जावे, साध संगत विच आ जावे, उहदे सांवां दी पवन जिहड़ी है, एयर जिहड़ी है, हवा जिहड़ी है, उह भी सुगंधित हो जांदी है, उह भी आखण लग पैंदी है सतनाम श्री वाहिगुरु, सतनाम श्री वाहिगुरु। पवन हवा नूं कहिंदे हन, आ जिहड़े साह आ रहे हन जा रहे हन इह पवन है। इस देह दी गुरु है, इह ना होवे ते देह कुछ नहीं कर सकदी। पवन गुरु पाणी पिता जीभां नूं गिल्ला रखदा है। इत्थे दस रहे हन संगत चंगी करो, जिथे भी जाओ बोलां दे विचों वासना आवे, भाव के मिठे बोल मूह तो निकलन, कौड़ा बोल ना निकले। मिठत चंगियाईयां दा तत है, मिठत नीवी नानका गुण, गुणा दा तत है गुण चंगियाईयां तत, मिठा बोलो। गुरु दे अगे निव के चलो, मिठा बोले निव चले, हथों दे के भला मनाए। ये संगत दा प्रकरण है, कबित है भाई साहब जी दा। पहला रंगा दा दस्या है, इस मन नूं पानी कह दिता है, पानी नूं जेड़ा रंग पानी विच पा दिओ, पानी उसे रंग दा हो जांदा है। जेड़ा रंग इस मन नूं चढ़ जावे, पापां दा, अपराधां दा, बुरियाईयां दा, नशियां दा, मद दा, मन विचों ओही ओ रंग नजर आउण लग पैंदा है। जूए दा जुआरी जूए माहे चीत, अगों चंदन दी एग्जाम्पल दित्ती है, जे चंगी संगत करेगा ये मन, इहदे कोलों वासना आवेगी, इहदे कोलों सुगंध आवेगी। चंदन सुगंध मिले पावन सुगंध संग, संगत चंगी करो। कोई दूजा भी मिल पवे ओनू भी वासना आ जावे। गुरुद्वारा साहब तो आंदे होंदे हाथ विच कड़ा प्रसाद होवे, महाप्रसाद होवे, महाप्रसाद कड़ा प्रसाद नूं आख्या जांदा है। जड़ा कड़ा प्रसाद हाथां विच लैंदियां रसना कहण लग पैंदी है सतनाम श्री वाहिगुरु। इस करके महाप्रसाद है,
धन गुरु नानक साहब ने कृपा की है। बिरद भी आराम नाल छक लेंदे हन। तुरिया आउंदे आ कोल प्रसाद होवे दूजे नूं थोड़ा दे दियो, ओ भी समझो के जिवें पवन चंदन दी सुगंध वंड रही है गुरु घर तों आया होया, ओ भी दूजे नूं जदों कड़ा प्रसाद दिंदा है महा प्रसाद दिंदा है प्यारियो ओनूं भी ओ वासना दे दिंदा है गुरु घर दी धन गुरु नानक साहिब जी दे दर दी। चंदन सुगंध मिल पावन सुगंध संग अगो हुण समझाउंदे हन। ध्यान नाल कबी तपाई साहिब जी भाई गुरदास जी का सरवण करन दी कृपालता करनी, हो सकता है कोई शब्द मन विच वस जावे। माल मूत्र सूत्र ब्रिगंध उन मानिए, माल मूत्र सूत्र ब्रिगंध उन मानिए, ओयो हवा साडा मन भी हवा वर्गा है, एक निमख में चार कुंट फिर आवे। उसे हवा ने चंदन दी संगत कीती ते सुगंध वंड दिती वाशना वंड दिती। उसे हवा ने मल मूत्र सूत्र बिरगंध उन मानी है, जदों इहो जिहे थावां दी संगत कीती हवा विच भी उहो दुर्गंध आउण लग पई। ये मन भी हवा रूप है, ज्यो जी संगत करता है ओयो जी, जे चंगी संगत कीती है चंदन वर्गी तां सुगंध आउंदी है, जे मंदी संगत कीती है मल मूत्र सूत्र ब्रिगंध उन मानिए तां फिर मंदी वासना आउण लग पैंदी है। मन नूं समझाया है मना संगत चंगी कर। जैसे जैसे पाक साक बिंजन मिलत कृत वाहे गुरु 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 धन गुरु नानक धन गुरु नानक धन गुरु नानक धन गुरु नानक। जैसे जैसे पाक साक बिंजन मिलत कृत जिवें जिवें जेड़े जेड़े भोजन नूं पुलाओ बनाई दे हन रंग पा के मिठा पा के कई कुछ विच पाउंदे हन जिहड़े भोजन तैयार करदे हन बिंजन दाल नूं कहिंदे हन। अनेक प्रकार भोजन बहु बिंजन ताकी मिटै ना भुखा, जिहदी भुख नहीं मिटनी भावें रोज रंग बिरंगियां सब्जियां दालां खावे उहदा मन तृप्त नहीं हुंदा। पढ़िया करो गुरबाणी विचों अनेक प्रकार भोजन बहु बिंजन ताकि मिटै ना भुखा, उदम करे सुवान की न्याई चारे कुंटा कोखा। मन नहीं रजदा बिना संतोख नहीं को राजा, बिना संतोख नहीं को राजा, कोई नहीं रजदा। गुरु संतोख रूप हन नानक गुर संतोख रुख, गुरु दे लड़ लग जावे संतोख आउण लग पैंदा है। थोड़े विच भी गुजारा करन दा मन नूं बल मिल जांदा है। जे संतोख नहीं ते बहुत कुछ होण ते भी
मन भुखा ही रहिंदा है। गुरु साहब ने समझाया है, मन भुखा भुखा मत कर है, मत तो कर है पुकार। लख चौरासी जिन श्री सबसे दे आधार, लख चौरासी जिन श्री, चौरासी लख जून जिस वाहिगुरु जी ने पैदा कीती है, वाहिगुरु सब नू आधार दे रहे हैं। तो क्यों भुखा भुखा अपने आप नू करता है? तेरे जन्म तो पहला तेरी मां कोल तेरा दुध तेरा भोजन तेनू दे दिता सी, जन्म तेरा मगरों होया है। पहलों दे तैं रिजक संभाहा, पिछों दे तै जंतु पाया। तू जम्मिया ते मगरों है, दुध तेरा पहले वाहिगुरु ने तेरी मां नू दे दिता सी। जैसे जैसे पाक साक बिंजन मिलत कृत, जेडे जेडे भोजन नू क्यों मिल जांदा है, ओनू जेड़ा छकदा है बड़ा आनंद हो जाता है। हुक्म करदे हन कि ओनू पंजवां भी कहिंदे हन, पंजवां पाया किरत, किरत के ओनू कहिंदे हन, ता हो आ पाक पवित। ताइयों दरबार साहब महाराज जी दे गुरु घर गुरु दे लंगर विच जदों थाले नू भोग लाईदा है गुरु घरां विच, सोजी वाले गुरसिख एक एक चमचा सुध देसी घिओ दा विच पा देंदे हन, गुरबाणी दा किया मनदे हन। पंजवां पाया किरत ता हो आ पाक पवित, पाक हो गया पवित्र हो गया, गुरु दी बाणी दे पहरा देंदे हन। जेडे लंगरां विच थाली चुक के लैके जांदे हन गुरु दे अगे रखदे हन, पर ओ पौंदे तां हन जे उहनां ने गुरबाणी ते अमल कीता होवे। पंजवां पाया किरत ता हो आ पाक पवित। जैसे जैसे पाक साक बिंजन मिलत कृत, जेड़े जेड़े भोजन नू कृत मिल जांदा है, घिओ मिल जांदा है, उस भोजन नू रसना छक के आनंद माणदी है। जेड़े जेड़े मन नू नाम रूपी घिओ मिल जांदा है, सिमरन मिल जांदा है, नाम दा स्वाद कीर्तन दा भोजन नाम दा भोजन ओदा रस उहनां नू ही पता हुंदा है, दूजा नहीं दस सकता। जैसे जैसे पाक साक बिंजन मिलत कृत, तैसो तैसो स्वाद रस रस न कै मानिए। समा हो गया है, तैसे ही असाद साध संगत सुभावगत, इस तरह संगत दा गुण है। संगत का गुण बहुत अदकाई, संगत प्यारे ओ चंगी होनी चाहिदी है, संगत मंदी ना होवे, संगत असाध ना होवे, संगत गुरु दी होवे, गुरमुखां दी होवे, नाम जपण वालियां दी होवे, संगत वाहिगुरु दे पै विच रहण वालियां दी होवे। वड़ियां वड़ियां चीजां पै विच हन, पै विच पवन वह सद वाओ, पै विच चलें लख दरियाओ, सारा शब्द पढ़िया करो आसा जी दी वार दा। इन्नियां वड़ियां वड़ियां चीजां पै विच हन, पै विच सूरज पै विच चंद, ऐ बंदिया ऐ बंदे दे मना तू क्यों नहीं पै विच रहिंदा, पै विच रिहा कर, रस लिया कर नाम जप जप के, अपने मन नू साध लै, साध संगत विच जा जा के। तैसे ही असाध साध संगत सुभावगत, मोरी ओ तां बोल रस खाए ते पहचानी है, जे मूली खाओ दा भी पता लग जांदा है, अटकार आ जांदा है, इसने मूली खादी होई है, तंबोल पान खादा होया है। जिस तरह दी इस मन ने संगत कीती होवे, जदों कोई ओदे कोल बैठेगा ओदा असर दूजे नूं दिस पवेगा। संगत चंगी करो, संगत नाम जपण वालियां दी करो, संगत वाहिगुरु दे नाम दी करो, संगत धन गुरु नानक साहिब जी दी करो, संगत
ਕਲਗੀਆਂ ਵਾਲੇ ਪਾਤਸ਼ਾਹ ਦੀ ਕਰੋ ਸੰਗਤ, ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਕਰੋ ਸੰਗਤ, ਉਹਨਾਂ ਲੋਕਾਂ ਦੀ ਕਰੋ, ਉਹਨਾਂ ਪਿਆਰਿਆਂ ਦੀ ਕਰੋ ਜਿਹੜੇ ਰੱਬ ਨਾਲ ਪਿਆਰ ਕਰਦੇ ਹਨ, ਪ੍ਰੇਮ ਕਰਦੇ ਹਨ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿੱਥੇ ਰਹਿੰਦੇ ਹੋ ਸਭਨਾ ਨਾਲ ਪ੍ਰੇਮ ਕਰੋ, ਆਪਣੀ ਦੇਹ ਨਾਲ ਵੀ ਪ੍ਰੇਮ ਕਰੋ। ਇਸ ਦੇਹੀ ਵਿੱਚ ਬੈਠ ਕੇ ਉਸ ਵਾਹਿਗੁਰੂ ਜੀ ਦਾ ਨਾਮ ਜਪੋ, ਸਤਨਾਮ ਸ੍ਰੀ ਵਾਹਿਗੁਰੂ। ਦਾਸ ਦਿਲਬਾਗ ਸਿੰਘ ਦੀਆਂ ਭੁੱਲਾਂ ਖਿਮਾ ਕਰ ਦੇਣੀਆਂ, ਮੈਂ ਭੁੱਲ ਜਾਂਦਾ ਹਾਂ। ਕਬਿਤ ਭਾਈ ਸਾਹਿਬ ਜੀ, ਭਾਈ ਗੁਰਦਾਸ ਜੀ ਦੇ ਅੱਜ ਕੱਲ ਦਾਸ ਪੜ੍ਹ ਕੇ ਸਾਧ ਸੰਗਤ ਨੂੰ ਸੁਣਾਉਂਦਾ ਹੈ। ਕਈ ਭੁੱਲਾਂ ਹੋ ਜਾਂਦੀਆਂ ਹਨ, ਸੰਗਤ ਗੁਰੂ ਦਾ ਰੂਪ ਹੈ, ਦਾਸ ਨੂੰ ਖਿਮਾ ਕਰ ਦੇਣ ਦੀ ਕਿਰਪਾਲਤਾ ਕਰਨੀ। ਜੇ ਸੰਗਤ ਖਿਮਾ ਕਰ ਦੇਵੇ, ਸਮਝੋ ਗੁਰੂ ਜੀ ਨੇ ਖਿਮਾ ਕਰ ਦਿੱਤਾ, ਬਾਜਾਂ ਵਾਲੇ ਨੇ ਖਿਮਾ ਕਰ ਦਿੱਤਾ, ਕਲਗੀਆਂ ਵਾਲੇ ਸਤਿਗੁਰਾਂ ਨੇ ਖਿਮਾ ਕਰ ਦਿੱਤਾ, ਵੱਡੇ ਬਾਬਾ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਖਿਮਾ ਕਰ ਦਿੱਤਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਖਿਮਾ ਕਰ ਦਿੱਤਾ, ਸਾਧ ਸੰਗਤ ਨੇ ਖਿਮਾ ਕਰ ਦਿੱਤਾ। ਯੂਟਿਊਬ ਦੀ ਟੀਮ ਵਾਸਤੇ ਅਰਦਾਸ ਬੇਨਤੀ ਹੈ, ਬੜੀ ਸੇਵਾ ਕਰ ਰਹੇ ਹਨ। ਆਲ ਵਰਲਡ ਦੇ ਵਿੱਚ ਦੂਰ ਦੂਰ ਪਵਿੱਤਰ ਪਾਵਨ ਗੁਰਬਾਣੀ ਦਾ ਮੈਸੇਜ ਭੇਜ ਰਹੇ ਹਨ। ਵਾਹਿਗੁਰੂ ਜੀ ਯੂਟਿਊਬ ਦੀ ਟੀਮ ਨੂੰ ਇਹ ਜਿਹੜੀ ਸਾਈਡ ਹੈ ਗੁਰਬਾਣੀ ਵਾਲੀ, ਚੜ੍ਹਦੀਆਂ ਕਲਾ ਵਿੱਚ ਰੱਖਣ ਦੀ ਕਿਰਪਾਲਤਾ ਕਰਨੀ। ਜਿੰਨੇ ਵੀ ਮੈਂਬਰ ਹਨ, ਸੇਵਕ ਹਨ, ਯੂਟਿਊਬ ਦੇ ਵਰਕਰ ਹਨ, ਜਿਹੜੇ ਸੇਵਾ ਕਰ ਰਹੇ ਹਨ, ਸਤਿਗੁਰ ਜੀ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ। ਯੂਟਿਊਬ ਦੇ ਸਿਰ ਤੇ ਸਦਾ ਆਪਣਾ ਮਿਹਰ ਭਰਿਆ ਹੱਥ ਰੱਖਣ ਦੀ ਕਿਰਪਾਲਤਾ ਕਰਨੀ। ਕਦੀ ਤੇ ਕੋਈ ਗੁਰਬਾਣੀ ਸੁਣੇਗਾ ਯੂਟਿਊਬ ਤੇ, ਕੰਮਾਂ ਧੰਦਿਆਂ ਤੋਂ ਥੱਕਿਆ ਹਾਰਿਆ ਜਦੋਂ ਯੂਟਿਊਬ ਨੂੰ ਖੋਲੇਗਾ, ਕੋਈ ਨਾ ਕੋਈ ਸ਼ਬਦ ਹਿਰਦੇ ਵਿੱਚ ਵਸ ਜਾਵੇਗਾ। ਇੱਕ ਸ਼ਬਦ ਜਿਹੜਾ ਹੈ ਮਨ ਵਿੱਚ ਜੇ ਵਸ ਜਾਵੇ, ਭਲਾ ਹੋ ਜਾਵੇਗਾ, ਭਲਾ ਹੋ ਜਾਵੇਗਾ, ਭਲਾ ਹੋ ਜਾਵੇਗਾ। ਇੱਕ ਅੱਖਰ ਵੀ ਜੇ ਟਿਕ ਜਾਵੇ ਮਨ ਵਿੱਚ, ਦਹੀਂ ਦੀ ਜਾਗ, ਕੋਈ ਕੌਲੇ ਭਰ ਕੇ ਨਹੀਂ ਲਾਈ ਦੀ, ਥੋੜੀ ਜੀ ਜਾਗ ਹੁੰਦੀ ਹੈ, ਦੁੱਧ ਜੰਮ ਜਾਂਦਾ ਹੈ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਗੂਗਲ ਵਾਲਿਆਂ ਦਾ ਵੀ ਸਤਿਗੁਰੂ ਜੀ ਭਲਾ ਕਰਨਾ, ਮੈਂ ਇਕੱਲਾ ਕੁਝ ਨਹੀਂ ਕਰ ਸਕਦਾ, ਇਹ ਜਿੰਨੀ ਵੀ ਹੈਲਪ ਹੋ ਰਹੀ ਹੈ ਇਹ ਯੂਟਿਊਬ ਦੀ ਟੀਮ ਕਰ ਰਹੀ ਹੈ। ਸਤਿਗੁਰੂ ਆਪ ਨੂੰ ਸਦਾ ਖੁਸ਼ੀਆਂ ਬਖਸ਼ਿਸ਼ ਕਰਨ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।